हेलो एवरीवन वेलकम टू सक्सेस ट्री ਅਸੀਂ ਅੱਜ ਆਪਣੇ ਪੋਲੀਟੀ ਦੇ 10 ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ ਰਾਈਟ ਠੀਕ ਹੈ ਜੀ ਤਾਂ लेट्स बिगिन ਵਿਦ ਫਰਸਟ ਕੁਐਸਚਨ ਸੋੜਾ ਪਹਿਲਾ ਕੁਐਸਚਨ ਆ ਦਾ ਕਨਸੈਪਟ ਆਫ ਸਿੰਗਲ ਸਿਟੀਜ਼ਨਸ਼ਿਪ ਐਨਰਿਸਟ ਇਨ ਦਾ ਇੰਡੀਅਨ ਕਨਸਟੀਟਿਊਸ਼ਨ ਇਜ਼ ਡਰਾਈਵਡ ਫਰਮ ਦਾ ਕਨਸਟੀਟਿਊਸ਼ਨ ਆਫ ਵਿਚ ਕੰਟਰੀ ਜਿਹੜਾ ਸਿੰਗਲ ਸਿਟੀਜ਼ਨਸ਼ਿਪ ਦਾ ਇਹ ਅਸੀਂ ਤੀਕਾ ਅਪਣਾਇਆ ਹੈ ਰਾਈਟ ਇਹ ਸੀ ਕਿਹੜੀ ਕੰਟਰੀ ਤੋਂ ਲਿਆ ਆ ਬੇਸਿਕਲੀ ਦੇਖੋ ਸਾਡਾ ਸਟਰਕਚਰਲ ਭਾਵੇਂ ਫੈਡਰਲ ਹੋਵੇ ਹੈਨਾ ਅਸੀਂ ਕਹਿੰਦੇ ਕਿ ਸਾਡਾ ਜਿਹੜਾ ਕੰਮ ਦਾ ਤਰੀਕਾ ਹੈ ਸਾਡਾ ਦੀ ਫੈਡਰਲ ਸਟਰਕਚਰ ਫਾਲੋ ਕਰਦੇ ਆਂ ਪਰ ਫੈਡਰਲ ਸਟਰਕਚਰ ਬੀਸਿਕਲੀ ਜੇ ਅਸੀਂ ਗੱਲ ਕਰੀਏ ਕਿ ਦੇਸ਼ ਵਿੱਚ ਪਹਿਲੀ ਫੈਡਰੇਸ਼ਨ ਕਿਹੜੀ ਆ ਤਾਂ ਅਸੀਂ ਯੂ ਐਸ ਏ ਨੂੰ ਕਹਿੰਦੇ ਆਂ ਪਰ ਅਸੀਂ ਇੱਥੋਂ ਇਹ ਨਹੀਂ ਅੰਦਾਜ਼ਾ ਲਾਉਣਾ ਹੈ ਕਿ ਸਰ ਯੂ ਐਸ ਏ ਵਿੱਚ ਵੀ ਫੈਡਰਲ ਸਟਰਕਚਰ ਆ ਤਾਂ ਉੱਥੇ ਡਿਊਲ ਸਿਟੀਜ਼ਨਸ਼ਿਪ ਆ ਤੇ ਸਾਡੇ ਵੀ ਇੱਥੇ ਇਦਾਂ ਹੋ ਗਈ ਇੱਧਰ ਤਾਂ ਕੁਝ ਨਹੀਂ ਹੈ ਰਾਈਟ ਅਸੀਂ ਸਿੰਗਲ ਸਿਟੀਜ਼ਨਸ਼ਿਪ ਰੱਖੀ ਹੈ ਰਾਈਟ ਉਹ ਜਿਹੜੀ ਇਹ ਚੀਜ਼ ਅਸੀਂ ਲਈ ਆ ਉਹ ਕਿਤੋਂ ਲਈ ਹੈ ਰਾਈਟ ਵੀ ਹੈ ਟੇਕਨ ਥਿਸ ਥਿੰਗ ਜਿਹੜੀ ਇਹ ਚੀਜ਼ ਲਈ ਹੈ ਕਿਸ ਸੰਵਿਧਾਨਤ ਲਈ ਹੈ ਯੂਕੇ ਦੇ ਰਾਈਟ ਦਾ ਅਨਸਰ ਇਸ ਯੂਕੇ ਸੰਵਿਧਾਨ ਤੋਂ ਅਸੀਂ ਇਹ ਚੀਜ਼ ਲਈ ਹੈ ਕਿ ਸਿੰਗਲ ਸਿਟੀ ਦਾ ਕਨਸੈਪਟ ਸਾਡੇ ਦੇਸ਼ ਵਿੱਚ ਹੋਏਗਾ ਠੀਕ ਹੈ ਜੀ ਇਸ ਗੱਲ ਨੂੰ ਯਾਦ ਰੱਖਣੀ ਹੈ ਕਦੀ ਕਨਫਿਊਜ਼ ਨਹੀਂ ਹੋਣਾ ਹੈਗਾ ਕਿ ਫੈਡਰਲ ਸਟਰਕਚਰ ਉੱਥੋਂ ਲਿਆ ਤਾਂ ਉੱਥੇ ਡਿਊਲ ਹੈ ਸਾਡੇ ਵੀ ਡਿਊਲ ਹੋਗੀ ਨਾਟ ਐਟ ਆਲ ਠੀਕ ਹੈ ਜੀ ਇਸ ਗੱਲ ਦੇ ਉੱਤੇ ਮੈਂ ਕਾਫੀ ਡਿਟੇਲ ਚ ਗੱਲ ਵੀ ਕੀਤੀ ਆ ਵੈਨ ਜਦੋਂ ਮੈਂ ਪ੍ਰੀਐਂਬਲ ਪੜਾਇਆ ਸੀਗਾ ਕਿ ਪ੍ਰੀਐਂਬਲ ਦਾ ਪਹਿਲਾ ਹੀ ਸ਼ਬਦ ਕੀ ਕਹਿੰਦਾ ਆ ਵੀ ਦਾ ਪੀਪਲ ਆਫ ਇੰਡੀਆ ਅਸੀਂ ਸਾਰੇ ਇਸ ਦੇਸ਼ ਦੇ ਨਾਗਰਿਕਾਂ ਹਾਂ ਨਾ ਕਿ ਅਲੱਗ-ਅਲੱਗ ਸਟੇਟਾਂ ਦੇ ਅਲੱਗ-ਅਲੱਗ ਪਛਾਣ ਬੇਸਿਕਲੀ ਹੈਗੀ ਆ ਠੀਕ ਆ ਅਸੀਂ ਕਦੀ ਇਹ ਨਹੀਂ ਦੇਖਿਆ ਸੀਗਾ ਕਿ ਵੀਰ ਆ ਪੀਪਲ ਆਫ ਸਟੇਟਸ ਆਫ ਦਾ ਇੰਡੀਅਨ ਯੂਨੀਅਨ ਐਦਾਂ ਨਹੀਂ ਕਹੀ ਲਿਖਿਆ ਵੀਰ ਆ ਪੀਪਲ ਆਫ ਇੰਡੀਆ ਅਸੀਂ ਸਾਰੇ ਇਕੱਠੇ ਇੱਕ ਹਾਂ ਇੱਕ ਦੇਸ਼ ਦੇ ਵਾਸੀ ਥੈਟ ਇਜ਼ ਇੰਡੀਆ ਸਿੰਗਲ ਸਿਟੀਜ਼ਨਸ਼ਿਪ ਇਸ ਗੱਲ ਨੂੰ ਯਾਦ ਰੱਖਣਾ ਹੈ ਆਪਾ ਆਲਦਰ ਇੰਡੀਅਨ ਕਨਸਟੀਟਿਊਸ਼ਨ ਮੇਕਸ ਅਰੇਂਜਮੈਂਟ ਫਾਰ ਫੈਡਰਲ ਸਟਰਕਚਰ ਥੈਟ ਇਜ਼ ਦਾ ਐਗਜ਼ਿਸਟੈਂਸ ਆਫ ਸੈਂਟਰ ਐਂਡ ਸਟੇਟਸ बट इट प्रोवाइड फॉर सिंगल सिटीजनशिप, विच मीन ऑल सिटीजन इफ द स्टेट इन विच दे आर बॉर्न इंजॉय सिंगल सिटीजनशिप ऑफ इंडिया अनलाइक यू एस ए जिदा कि यूएसए जिंदा नहीं है right? जिथे की है ड्यूल सिटीजनशिप का कंसैप्टईटी सिर्फ सिंगल सिटीजनशिप रखी है जिथी यू के संविधान बेसिकली ले रैक्सट क्वेश्चन की है द कंसैप्टी एज इनरिचड इन द कॉन्टीट्यूशन ऑफ द india has been adopted from the constitution of which country ایتھے ਤੁਸੀਂ ਦੋ ਗੱਲਾਂ ਯਾਦ ਰੱਖਣੀਆਂ ਹਨ ਹੁਣ ਇਹਨੇ ਕੁਐਸਚਨ ਕੀ ਪੁੱਛਿਆ ਆ ਕਿ ਐਮਰਜੈਂਸੀ ਦੇ ਪ੍ਰਵਿਧਾਨ ਕਿੱਥੋਂ ਲਏ ਆ ਠੀਕ ਹੈ ਠੀਕ ਹੈ ਦੋ ਚੀਜ਼ਾਂ ਆ ਐਮਰਜੈਂਸੀ ਪ੍ਰੋਵੀਜ਼ਨਸ ਕਿੱਥੋਂ ਲਏ ਰਾਈਟ ਆਪ ਅਨਸਰ ਇਸ ਐਕਟ ਆਫ 1935 ਸਿੰਪਲ ਜੀ ਗੱਲ ਆ ਬਟ ਕੱਲ ਕਦੀ ਕੁਛ ਨੇ ਐਦਾ ਆ ਗਿਆ ਕਿ ਐਮਰਜੈਂਸੀ ਦੇ ਵੇਲੇ ਫੰਡਾਮੈਂਟਲ ਰਾਈਟਸ ਸਸਪੈਂਡ ਹੋ ਜਾਣਗੇ ਇਹ ਚੀਜ਼ ਅਸੀਂ ਕਿਹੜੇ ਸੰਵਿਧਾਨ ਤੋਂ ਲਈ ਹੈ ਰਾਈਟ ਰਿਪੀਟ ਕਰਦਾ ਦੁਬਾਰਾ ਐਮਰਜੈਂਸੀ ਦੇ ਵੇਲੇ ਸਾਡੇ ਫੰਡਾਮੈਂਟਲ ਰਾਈਟ ਸਸਪੈਂਡ ਹੋ ਜਾਣਗੇ ਸਪੈਸਿਫਿਕਲੀ ਅਸੀਂ ਪੜਾਂਗੇ ਟੱਗੇ ਜਾ ਕੇ ਆਰਟੀਕਲ 19 ਸਸਪੈਂਡ ਹੋਣ ਦਾ ਰਾਈਟ ਨੈਸ਼ਨਲ ਐਮਰਜੈਂਸੀ ਦੇ ਕੇਸ ਵਿੱਚ ਰਾਈਟ ਤੇ ਉਹ ਜਿਹੜੀ ਚੀਜ਼ ਅਸੀਂ ਕਿੱਥੋਂ ਬੋਰੋ ਕੀਤੀ ਆ ਉਹ ਅਸੀਂ ਕੀਤੀ ਆ ਜਰਮਨ ਦੇ ਸੰਵਿਧਾਨ ਤੋਂ ਰਾਈਟ ਇਹ ਗੱਲ ਯਾਦ ਰੱਖਿਓ ਫੰਡਾਮੈਂਟਲ ਰਾਈਟ ਦਾ ਸਸਪੈਂਡ ਹੋ ਜਾਣਾ ਰਾਈਟ ਐਮਰਜੈਂਸੀ ਦੇ ਦੌਰਾਨ ਇਹ ਅਸੀਂ ਕਿੱਥੋਂ ਲੈ ਆਇਆ ਜਰਮਨ ਦੇ ਸੰਵਿਧਾਨਤ ਰਾਈਟ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਬਾਕੀ ਰਹੀ ਗੱਲ ਐਮਰਜੈਂਸੀ ਦੀ ਅਸੀਂ ਐਮਰਜੈਂਸੀ ਬਾਰੇ ਪੜ੍ਹਨਾ ਆਧੇਤਰਾ ਦੀ ਐਮਰਜੈਂਸੀ ਆਰਟੀਕਲ 352 ਜਿਹਨੂੰ ਨੈਸ਼ਨਲ ਐਮਰਜੈਂਸੀ ਕਹਿੰਦੇ ਨੇ ਆਰਟੀਕਲ 356 ਜਿਹਦੇ ਅਸੀਂ ਰਾਸ਼ਟਰਪਤੀ ਸ਼ਾਸਨ ਪ੍ਰੈਜ਼ੀਡੈਂਟਸ ਰੂਲਸ ਜਸਟ ਸਟੇਟ ਐਮਰਜੈਂਸੀ ਜਿਹਨੂੰ ਕਹਿੰਦੇ ਨੇ ਔਰ ਆਸ ਅਸੀਂ ਪੜਾਂਗੇ ਅੱਗੇ ਜਾ ਕੇ ਆਰਟੀਕਲ 360 ਜਿਹਨੂੰ ਅਸੀਂ ਕਹਿੰਦੇ ਨੇ ਫਾਈਨੈਂਸ਼ੀਅਲ ਐਮਰਜੈਂਸੀ ਬੇਸਿਕਲੀ ਤਿੰਨ ਤਰ੍ਹਾਂ ਦੀ ਐਮਰਜੈਂਸੀ ਦੀ ਅਸੀਂ ਗੱਲ ਕਰਾਂਗੇ ਟਰ ਅੱਗੇ ਜਾ ਕੇ ਇਨ ਡੀਟੇਲ ਇਹ ਦੋ ਗੱਲਾਂ ਬਿਲਕੁਲ ਯਾਦ ਰੱਖਿਓ ਐਮਰਜੈਂਸੀ ਦੇ ਪ੍ਰਵਧਾਨ ਐਕਟ ਆਫ 1935 ਤੋਂ ਐਮਰਜੈਂਸੀ ਦੇ ਵੇਲੇ ਫੰਡਮੈਂਟ ਰਾਈਟ ਦਾ ਸਸਪੈਂਡ ਹੋ ਜਾਣਾ ਜਰਮਨੀ ਤੋਂ ਰਾਈਟ ਕਿਹੜਾ ਫੰਡਮੈਂਟ ਰਾਈਟ ਬੇਸਿਕਲੀ 19 ਦੀ ਗੱਲ ਕਰਾਂਗੇ ਉਹ ਤੋਂ ਇਲਾਵਾ ਵੀ ਹੁੰਦੇ ਨੇ ਰਾਈਟ ਕਿੱਦਾਂ ਹੁੰਦੇ ਨੇ ਕਿਸ ਤਰੀਕੇ ਨਾਲ ਹੁੰਦੇ ਨੇ ਨਾ ਆਫਕੋਰਸ ਅਸੀਂ ਡਿਸਕਸ ਕਰਾਂਗੇ ਸਾਰੀਆਂ ਚੀਜ਼ਾਂ ਰਾਈਟ फॉलोइंगयरस डिड द इंडियन कांग्रेस मेक द डिमांड फॉर अस्टिट्यूंट असेंबली बड़ी सिंपल गलट क्वेश्चन ईयर डिड द इंडियन कांग्रेस क्वेश्चन आया कि आई एन सी ने डिमांड कदों की कॉन्सटीट्यूशन असेंबली की देखो ਆਹ ਇਹ ਰ ਹੈ ਇਰ ਇੰਪੋਰਟੈਂਸ ਕੀ ਆ ਇੱਥੇ ਪਹਿਲੀ ਵਾਰ ਇੱਕ ਬੰਦਾ ਐਮ ਐਨ ਰੋਏ ਨੇ ਕਿਹਾ ਸੀ ਕਿ ਕੀ ਇੱਕ ਕਨਸਟਿਟੈਂਟ ਅਸੈਂਬਲੀ ਹੋਣੀ ਚਾਹੀਦੀ ਹੈ ਰਾਈਟ ਇਹਦਾ ਜ਼ਿਕਰ ਕੀਤਾ ਸੀ ਬਟ ਇਹਨਾਂ ਦਾ ਕੁਐਸਚਨ ਕੀ ਆ ਇਹ ਕਹਿੰਦੇ ਕਿ ਆਈ ਐਨ ਸੀ ਜਿਹੜੀ ਬਹੁਤ ਹੀ ਇੰਪੋਰਟੈਂਟ ਪੋਲਿਟੀਕਲ ਪਾਰਟੀ ਸੀਗੀ ਆਜ਼ਾਦੀ ਤੋਂ ਪਹਿਲਾਂ ਰਾਈਟ ਵਨ ਆਫ ਦਾ ਮੋਸਟ ਇੰਪੋਰਟੈਂਟ ਪੋਲਿਟੀਕਲ ਪਾਰਟੀ ਰਾਈਟ ਇਹ ਉਹਦੀ ਗੱਲ ਕਰਦੇ ਕਿ ਉਹਨਾਂ ਨੇ ਇਹ ਡਿਮਾਂਡ ਕਰਦੋ ਕੀਤੀ ਰਾਈਟ ਬੇਸਿਕਲੀ द आंसर इज नॉट इट राइट दॉलिंग इंडियन नैशनल कांग्रेस ने डिमांड की बेसिक आंसर है नाइनटीन थर्टी फाइव ठीक है आई थिंक बिस्पेंट इत हो गया है द आंसर इज नाइनटीन थर्टी फाइव इंडियन नैशनल कांग्रेस ने ऑफिशियली गल नाइनटीन थर्टी फाइव कही थ पहली बार कहने कही थ एम एन राय ने, ने उन्नीस सौ चौंती च राइट ठीक है एम एन राय वेरी फेमस कम्यूनिस्ट लीडर से कम्युनिस्ट लीडर ਠੀਕ ਹੈ ਜੀ ਤੇ ਜਿਹੜੀ ਉੱਤੇ ਦੋ ਗੱਲਾਂ ਹੋਰ ਤੁਹਾਨੂੰ ਦੱਸੀ ਰਹੀ ਕਿ ਪਹਿਲੀ ਵਾਰ ਅੰਗਰੇਜ਼ਾਂ ਨੇ ਕਦੋਂ ਫਾਈਨਲੀ ਇਹ ਗੱਲ ਅਸੈਪਟ ਕੀਤੀ ਸੀਗੀ 1940 ਅਗਸਟ ਆਫਰ ਉਹਨੇ ਸਾਡੀ ਇਸ ਗੱਲ ਨੂੰ ਅਸੈਪਟ ਕੀਤਾ ਸੀਗਾ ਰਾਈਟ ਕਿ ਠੀਕ ਹੈ ਜੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਇੱਕ ਕੌਨਸਲ ਅਸੈਂਬਲੀ ਹੋਣੀ ਚਾਹੀਦੀ ਹੈ ਰਾਈਟ ਜਿੱਥੇ ਮੇਨਲੀ ਇੰਡੀਅਨਸ ਹੋਣਗੇ ਫਿਰ ਵਾਦਾ ਕੀਤਾ ਗਿਆ ਅੱਗੇ ਜਾ ਕੇ 1942 ਚ ਕ੍ਰਿਪਸ ਮਿਸ਼ਨ ਦੇ ਥੱਲੇ ਕਿ ਅਸੀਂ ਵਰਲਡ ਵਾਰ 2 ਤੋਂ ਬਾਅਦ ਇੱਕ असेंबली बनावांगे और फाइनली जड़ी असेंबली बनदी है 1946 कैबिनेट प्लान ਦੇ ਥੱਲੇ ਰਾਈਟ कैबिनेट प्लान ਦੇ ਅੰਡਰ ਸਾਡੇ ਦੇਸ਼ ਦੀ फाइनली ਕੌਨਸਟਿਟੂਐਂਟ ਅਸੈਂਬਲੀ ਬਣਦੀ ਹੈ ਰਾਈਟ ਠੀਕ ਹੈ ਇਸ ਗੱਲ ਨੂੰ ਯਾਦ ਰੱਖਣਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਡਿਮਾਂਡ ਕਰਦੋ ਕੀਤੀ ਸੀਗੀ 1935 ਵਿੱਚ ਇਸ ਗੱਲ ਨੂੰ ਅਸੀਂ ਯਾਦ ਰੱਖਣਾ ਹੈ ਐਨ ਆਈਡੀਆ ਫॉर द ਕੌਨਸਟਿਟੂਐਂਟ ਅਸੈਂਬਲੀ ਰਾਈਟ was first proposed in 1934 by MN Roy a pioneer of the communist leader right main kiya kiya tha no he is a very famous communist leader right it became an official demand kedi INC D 35 right main tan kehwa tha misprint ho gaya right aur 34 likhi thi explanation vich sahi likh aya indian national congress ne anu e. finally officially apni demand qadar rakha 1935 so, vich right is e. gal nu yaad rakhna hai je gal pehli var aayi ta MN Roy 1934 aauga Next question. Who was appointed as the assembly's constitution advisor? Assembly day constitution advisor con Sege, right? During the framing of the constitution. None other than very very famous, right? BN Raoji. Benegal Narsima Rao, right? Or in our eggal hour, right? ਜਿਨ੍ਹਾਂ ਨੇ ਪਹਿਲਾ ਡਰਾਫਟ ਫਰਸਟ ਡਰਾਫਟ ਵੀ ਇਹਨਾਂ ਨੇ ਹੀ ਤਿਆਰ ਕੀਤਾ ਸੀਗਾ ਫਰਸਟ ਡਰਾਫਟ ਆਫ ਕਨਸਟੀਟਿਊਸ਼ਨ ਵੀ ਇਹਨਾਂ ਦੁਆਰਾ ਹੀ ਤਿਆਰ ਕੀਤਾ ਗਿਆ ਸੀ ਰਾਈਟ ਇਸ ਗੱਲ ਨੂੰ ਯਾਦ ਰੱਖਿਓ ਔਰ ਇਹਨਾਂ ਦੇ ਪਹਿਲੇ ਡਰਾਫਟ ਨੂੰ ਹੀ ਬੇਸਿਕਲੀ ਦੇਖਣ ਲਈ ਅਸੀਂ ਡਰਾਫਟਿੰਗ ਕਮੇਟੀ ਬਣਾਉਂਦੇ ਹਾਂ ਰਾਈਟ డు ਰਿਮੈਂਬਰ ਥਿਸ ਥਿੰਗ ਬਹੁਤ ਹੀ ਫੇਮਸ ਇਨਸਾਨ ਬੈਨੇਗਲ ਨਰਸੀਮਾ ਰਾਓ ਦਾ ਕਨਸਟੀਟਿਊਸ਼ਨਲ ਐਡਵਾਈਜ਼ਰ ਟੂ ਦਾ ਕਨਸਟੀਟੂਐਂਟ ਅਸੈਂਬਲੀ ਜੇ ਕਈ ਵਾਰ ਕਹਿੰਦੇ ਨੇ ਕਿ ਲੀਗਲ ਐਡਵਾਈਜ਼ਰ ਟੂ ਦਾ ਕੌਂਸਟੀਟਿਊਟ ਅਸੈਂਬਲੀ ਰਾਈਟ ਬੀ ਐਨ ਰਾਓ ਸਾਹਿਬ ਠੀਕ ਹੈ ਜੀ ਇਹਨਾਂ ਬਾਰੇ ਬਿਲਕੁਲ ਤੁਸੀਂ ਗੱਲ ਯਾਦ ਰੱਖਣੀ ਰਾਈਟ ਇਹ ਆਪ ਗੱਲ ਜੂ ਦਾ ਫਰਸਟ ਡਰਾਫਟ ਸੰਵਿਧਾਨ ਦਾ ਇਹਨਾਂ ਦੁਆਰਾ ਹੀ ਬਣਾਇਆ ਗਿਆ ਸੀ ਰਾਈਟ ਇਸ ਗੱਲ ਨੂੰ ਯਾਦ ਰੱਖਿਓ ਠੀਕ ਹੈ ਚਲੀ ਬੀ ਐਨ ਰਾਓ ਵਾਸ ਅ ਜੂਰਿਸਟ ਐਂਡ ਅਪਾਇੰਟਡ ਐਜ਼ ਅ ਕੌਂਸਟੀਟਿਊਸ਼ਨ ਐਡਵਾਈਜ਼ਰ ਟੂ ਦਾ ਕੌਂਸਟੀਟਿਊਟ ਅਸੈਂਬਲੀ ਰਾਓ ਪ੍ਰਪੇਅਰਡ ਦਾ ਠੀਕ ਹੈ ਜੀ ਇਸ ਗੱਲ ਨੂੰ ਯਾਦ ਰੱਖਿਓ ओरिजिनल ड्राफ्ट ਠੀਕ ਹੈ ਨੈਕਸਟ ਇਨ ਵਿਚ ਇਅਰ ਡਿਡ ਮੋਤੀ ਲਾਲ 네ਹਰੂ ਐਂਡ 8 ਅਦਰ ਕਾਂਗਰਸ ਲੀਡਰਸ ਡਰਾਫਟ ਅ ਕਨਸਟੀਟਿਊਸ਼ਨ ਫਾਰ ਇੰਡੀਆ ਅਸੀਂ ਇੱਥੇ ਗੱਲ ਕਰਾਂਗੇ ਕਿ ਇੱਕ ਬੜੀ ਹੀ ਫੇਮਸ ਰਿਪੋਰਟ ਆਉਂਦੀ ਹੈ ਰਾਈਟ ਜਿਹਨੂੰ ਅਸੀਂ 네ਹਰੂ ਰਿਪੋਰਟ ਕਹਿੰਦੇ ਆ 네ਹਰੂ ਰਿਪੋਰਟ ਆਉਂਦੀ ਹੈ ਰਾਈਟ ਹੈਕ ਬੇਸਿਕਲੀ ਐਗਜ਼ੈਕਟ ਅਗਸਟ 1928 ਦੇਖੋ ਹੁੰਦਾ ਕੀ ਆ ਤੁਸੀਂ ਸੁਣਿਆ ਨਾ ਸਾਈਮਨ ਕਮਿਸ਼ਨ ਸਾਈਮਨ ਕਮਿਸ਼ਨ 올 ਵਾਈਟ ਕਮਿਸ਼ਨ ਜਿਹਨੂੰ ਉਸੇ ਕਹਿੰਦੇ ਰਹੀ ਸੱਤ ਬੰਦੇ ਉਹਦੇ ਵਿੱਚ ਉਸ ਦੇ ਸੱਤ ਵਿੱਚ ਰੈਡੀ ਹੋ ਜਾਂਦਾ ਰਾਈਟ ਇੰਡੀਆ ਚ ਕਦੋਂ ਆਉਂਦਾ ਫੈ 1928 ਜਗਾ ਕਿਹੜੀ ਬੰਬੇ ਸਾਈਮਨ ਕਮਿਸ਼ਨ ਆਉਂਦਾ ਰਾਈਟ ਸਾਡੇ ਲਈ ਸਾਡੇ ਦੇਸ਼ ਲਈ ਸਾਡੇ ਬਾਰੇ ਕੋਈ ਸੋਚ ਵਿਚਾਰ ਅੱਗੇ ਵਧਾਉਣ ਲਈ ਕੁਝ ਨਹੀਂ ਆ ਪ੍ਰਵਧਾਨ ਸਾਡੇ ਲਈ ਲੈ ਕੇ ਆਣ ਲਈ ਰਾਈਟ ਕੁਝ ਕਨਸਟੀਟਿਊਸ਼ਨ ਐਡਵਾਂਸਮੈਂਟਸ ਲਈ ਰਾਈਟ ਤੇ ਸਾਡੇ ਲੋਕ ਕਹਿੰਦੇ ਕਿ ਯਾਰ 올 ਵਾਈਟ ਕਮਿਸ਼ਨ ਤੁਸੀਂ ਸਾਡੇ ਲਈ ਕੁਝ ਚੰਗਾ ਕਾ ਨਾ ਆ ਰਹੇ ਆ ਤੇ ਸਾਡਾ ਵਿੱਚ ਬੰਦਾ ਹੈ ਹੀ ਕੋਈ ਨਹੀਂ ਇਹ ਤਾਂ ਸਾਡੀ ਸੈਫ ਰਿਸਪੈਕਟ ਉੱਤੇ ਯਾਰੀ ਕੁਸ਼ਨ ਆ ਰਾਈਟ ਇਹ ਤੁਸੀਂ ਸਾਡੇ ਲਈ ਚੰਗਾ ਕਰਨ ਆ ਰਹੇ ਹੋ ਸਾਡੇ ਵਿੱਚ ਬੰਦਾ ਕੋਈ ਨਹੀਂ ਇਹਨੂੰ 올 ਵਾਈਟ ਕਮਿਸ਼ਨ ਕਹਿੰਦੇ ਸੀ ਨਾ ਮੈਂ ਕਿਹਾ ਸੱਤ ਬੰਦੇ ਸਾਈਡ ਬੇਸਿਕਲੀ ਇਹਦੇ ਵਿੱਚ ਐਂਡ 올 ਬ੍ਰਿਟਿਸ਼ਸ ਰਾਈਟ ਵਾਈਟ ਪੀਪਲ ਤੇ ਉਹ ਇਸ ਗੱਲ ਨੂੰ ਕਹਿੰਦੇ ਸੀ ਬਾਈਕਾਟ ਕਰਾਂਗੇ ਇਥੇ ਤੁਸੀਂ ਇਹ ਵੀ ਯਾਦ ਰੱਖੋ ਜਿਹੜਾ 1927 ਦਾ ਕਾਂਗਰਸ ਦਾ ਸੈਸ਼ਨ ਸੀ ਆਈਐਨਸੀ ਦਾ ਜਿੱਚ ਇਹ ਡਿਸਾਈਡ ਕੀਤਾ ਗਿਆ ਸੀ ਅਸੀਂ ਬਾਈਕਾਟ ਕਰਾਂਗੇ ਅਸੀਂ ਇਹਨੂੰ ਬਿਲਕੁਲ ਮੰਨਾਂਗੇ ਨਹੀਂ ਰਾਈਟ ਇਹਦੀਆਂ ਪ੍ਰਵਿਧਾਨਾਂ ਨੂੰ ਐਮਏ ਅंसारी ਸੀਗੇ ਉਸ ਸੈਸ਼ਨ ਦੇ ਹੈਡ ਇਸ ਗੱਲ ਨੂੰ ਯਾਦ ਰੱਖਿਓ ਜਿਹੜੇ ਸੈਸ਼ਨ ਵਿੱਚ ਅਸੀਂ ਡਿਸਾਈਡ ਕੀਤਾ ਕਿ ਅਸੀਂ ਸਾਈਮਨ ਕਮਿਸ਼ਨ ਨੂੰ ਬਾਈਕਾਟ ਕਰਾਂਗੇ ਉਸ ਸੈਸ਼ਨ ਦਾ ਹੈਡ ਕੌਣ ਸੀ ਐਮ ਅंसारी ਸੀ 1927 ਦੀ ਗੱਲ ਆ ਠੀਕ ਹੈ ਬਣ ਕੇ ਤੇ 27 ਚ ਹੋ ਗਿਆ ਇੰਡੀਆ ਚ ਬੰਬੇ ਚ ਫੈਬ 1928 ਨੂੰ ਇਹ ਆਉਂਦਾ ਆ ਤੁਸੀਂ ਐਜ਼ ਯੂਜਵਲ ਅਸੀਂ ਇਹ ਬਾਈਕਾਟ ਦੀ ਗੱਲ ਕਰਦੇਗੀ ਸਾਈਮਨ ਗੋ ਬੈਕ ਵਾਲੀ ਗੱਲ ਕਰਦੇ ਆ ਠੀਕ ਹੈ ਔਰ ਦੂਜੀ ਗੱਲ ਫਿਰ ਇਹਨਾਂ ਹੀ ਸਮਿਆਂ ਵਿੱਚ ਅਸੀਂ ਇਹਨਾਂ ਨੂੰ ਗੱਲ ਤਾਂ ਮੰਨੀ ਨਹੀਂ ਕਿਸੇ ਤੁਹਾਡੀ ਗੱਲ ਨਹੀਂ ਮੰਨੀ ਤੇ ਉਸ ਵੇਲੇ ਇੱਕ ਬੰਦਾ ਹੁੰਦਾ ਹੈ ਲਾਰਡ ਬਿਰਕਨਹੈਡ ਠੀਕ ਹੈ ਲਾਰਡ ਬੇਕਨਹੈਡ ਕਹਿੰਦਾ ਕਿ ਚਲੋ ਠੀਕ ਹੈ ਤੂੰ ਸਾਡੀ ਤਾਂ ਮੰਨਣੀ ਨਹੀਂ ਤੁਸੀਂ ਆਪ ਦੱਸੋ ਤੁਸੀਂ ਬਣਾ ਸਕਦੇ ਤੁਸੀਂ ਬਣਾ ਲਓ ਚਲੋ ਤੁਸੀਂ ਸਾਡੀ ਗੱਲ ਤਾਂ ਮੰਨਣੀ ਤੁਸੀਂ ਹੈਗੇ ਤਾਂ ਤੁਸੀਂ ਆਪ ਬਣਾ ਲਓ ਆਪਣਾ ਸੰਵਿਧਾਨ ਤੇ ਉਹ ਇੱਕ ਤਰ੍ਹਾਂ ਦਾ ਚੈਲੰਜ ਸੀਗਾ ਤੇ ਉਹੀ ਚੈਲੰਜ ਅਕਸੈਪਟ ਕਰਦੇ ਹੋਏ ਅਸੀਂ ਪਹਿਲੀ ਵਾਰ ਯਤਨ ਕੀਤਾ ਕਿ ਅਸੀਂ ਆਪਣਾ ਸੰਵਿਧਾਨ ਬਣਾਈਏ ਰਾਈਟ ਉਸ ਪਹਿਲੀ ਵਾਰ ਦੇ ਯਤਨ ਨੂੰ ਹੀ ਬੀਸਿਕਲੀ ਇੱਕ ਰਿਪੋਰਟ ਦੇ ਫਾਰਮ 'ਚ ਲੈ ਕੇ ਆਉਂਦੇ ਆ ਅਗਸਟ 1928 ਵਿੱਚ ਜਿਹੜੀ ਰਿਪੋਰਟ ਨੂੰ ਕਹਿੰਦੇ ਆ ਨਹਿਰੂ ਰਿਪੋਰਟ ਮੋਤੀ لال 네ਹਰੂ ਬੇਸਿਕਲੀ ਚੇਅਰਮੈਨ ਹੁੰਦੇ ਆ ਇੱਕ ਛੋਟੀ ਜੀ ਕਮੇਟੀ ਬਣਾਈ ਜਾਂਦੀ ਹੈ ਰਾਈਟ ਫੈਬ ਵਿੱਚ ਆਇਆ ਸੀ ਫੈਬ ਵਿੱਚ ਇਹ ਆਉਂਦਾ ਆ ਫੈਬ 1928 ਵਿੱਚ ਹੀ ਸਾਰੀਆਂ ਪਾਰਟੀਆਂ ਮਿਲ ਕੇ ਕਾਨਫਰੰਸ ਕਰਦੀਆਂ ਰਾਈਟ 올 ਪਾਰਟੀ ਕਾਨਫਰੰਸ ਕਹਿੰਦੇ ਉਹਨੂੰ ਉਸ 올 ਪਾਰਟੀ ਕਾਨਫਰੰਸ ਜਿਹੜੀ ਫੈਬ 1928 ਵਿੱਚ ਹੀ ਹੁੰਦੀ ਆ ਉੱਚ ਇੱਕ ਸਾਰੇ ਮਿਲ ਕੇ ਇੱਕ ਸਬ ਕਮੇਟੀ ਬਣਾਉਂਦੇ ਆ ਉਹ ਸਬ ਕਮੇਟੀ ਦੇ ਹੈੱਡ ਕੌਣ ਨੇ ਮੋਤੀ لال 네ਹਰੂ ਜੀ ਨੇ ਜਿਹਨੂੰ ਕੰਮ ਕੀ ਸੌਂਪਿਆ ਜਾਂਦਾ ਕਿ ਬਈ ਚਲੋ ਇਹਨਾਂ ਨੂੰ ਚੈਲੰਜ ਕੀਤਾ ਆ ਤੁਸੀਂ ਇੱਕ ਸਮਝਦਾਨ ਸਾਨੂੰ ਬਣਾ ਕੇ ਦਿਖਾਓ ਕੋਈ ਚੀਜ਼ ਰਾਈਟ ਰੈਡੀ ਕਰੋ ਰਾਈਟ ਜੇ ਸਾਡਾ ਦੇਸ਼ ਚੱਲੂਗਾ ਠੀਕ ਹੈ ਜੀ ਉਹਨਾਂ ਅੱਠ ਬੰਦੇ ਹੋਰ ਵੀ ਸੀ ਅੱਠ ਬੰਦੇ ਬੇਸਿਕਲੀ ਕੌਣ ਸੀਗੇ ਰਾਈਟ ਤੇਜ ਬਹਾਦਰ 사ਪਰੂ ਸੁਭਾਸ਼ ਬੋਸ ਐਮ ਐਸ ਐਨ ਐ ਮੰਗਲ ਸਿੰਘ ਅਲੀ ਇਮਾਮ ਸ਼ੌਕ ਗਰੇਸ਼ੀ ਜੀ ਆਰ ਪ੍ਰਧਾਨ ਠੀਕ ਹੈ ਜੀ ਇਹਨਾਂ ਨਾਲ ਉਹਨਾਂ ਦੇ ਬੰਦੇ ਸੀਗੇ ਰਾਈਟ ਜਿਹੜੇ ਕਿ ਇਕੱਠੇ ਹੋ ਕੇ ਇੱਕ ਰਿਪੋਰਟ ਤਿਆਰ ਕਰਦੇ ਆ ਫੈਬ ਵਿੱਚ ਕਮੇਟੀ ਬਣ ਜਾਂਦੀ ਹੈ ਤੇ ਅਗਸਟ ਵਿੱਚ ਜਾ ਕੇ ਇਹ ਰਿਪੋਰਟ ਰੈਡੀ ਹੋ ਜਾਂਦੀ ਹੈ ਡੈਟ ਇਸ ਵਾਈ ਮੈਂ ਕੀ ਲਿਖਾਇਆ ਫਾਈਨਲੀ ਇਹ ਰਿਪੋਰਟ ਸ਼ੁਰੂ ਹੋ ਜਾਂਦੀ ਹੈ ਅਗਸਟ 28 ਵਿੱਚ ਰਾਈਟ ਇਸ ਗੱਲ ਨੂੰ ਯਾਦ ਰੱਖਣਾ ਹੈ ਇਹ ਟਾਪ ਵੈਰੀ ਵੈਰੀ ਇੰਪੋਰਟੈਂਟ nehru ਰਿਪੋਰਟ ਇਹਦਾ ਇਅਰ ਬਹੁਤ ਵਾਰ ਪੁੱਛਿਆ ਜਾਂਦਾ ਹੈ ਦ ਮੋਤੀ ਲਾਲ nehru ਰਿਪੋਰਟ ਨੂੰ ਸਟਾਈ ਵਾਸ ਮੇਡ ਬਾਈ ਅ ਕਮੇਟੀ ਹੈਡਡ ਬਾਈ ਪੰਡਿਤ ਮੋਤੀ ਲਾਲ nehru ਦਿਸ ਕਮੇਟੀ ਵਾਸ ਕ੍ਰੀਏਟਿਡ ਵੈਨ ਲਾਰਡ ਬਿਰਕਨ ਹੈਡ ਮੈਂ ਕਿਹਾ ਸੀ ਨਾ ਇਸ ਬੰਦੇ ਨੇ ਚੈਲੰਜ ਕੀਤਾ ਸੀ ਰਾਈਟ ਕਿ ਸੇਗਾ ਹੀ ਇਜ਼ ਅ ਸੈਕਟਰੀ ਆਫ ਸਟੇਟ ਫਾਰ ਇੰਡੀਆ ਰਾਈਟ ਆਸਕ ਦਾ ਇੰਡੀਅਨ ਲੀਡਰਸ ਟੂ ਡਰਾਫਟ ਅ ਕਨਸਟੀਟਿਊਸ਼ਨ ਫਾਰ ਦਾ ਕੰਟਰੀ ਤੇ ਤੁਸੀਂ ਸਾਡੀ ਗੱਲ ਤਾਂ ਮੰਨਦੇ ਨਹੀਂ ਫਿਰ ਤੁਸੀਂ ਕਰਕੇ ਦਿਖਾਓ ਰਾਈਟ ਤਾਂ ਅਸੀਂ ਕਰਕੇ ਦਿਖਾਤਾ ਫਿਰ ਠੀਕ ਹੈ ਜੀ ਆਫ ਕੋਰਸ ਇਹਦੇ ਪ੍ਰਵਧਨ ਬਹੁਤ ਸੀ ਅਸੀਂ ਗੱਲਾਂ ਕਰਾਂਗੇ ਉਹਦੇ ਬਾਰੇ ਰਾਈਟ ਕਿ ਇਹ ਸਪੋਰਟ ਸੀਗਾ ਕੀ ਰਾਈਟ ਇਨ ਹਿਸਟਰੀ ਲੈਕਚਰਸ ਅਸੀਂ ਡਿਟੇਲਡ ਗੱਲ ਕਰਾਂਗੇ ਇਸ ਬਾਰੇ ਹੂ ਹੈਡਡ ਦਾ ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨਲ ਜੇ ਕਨਸਟੀਟਿਊਸ਼ਨ ਕਮੇਟੀ ਰਾਈਟ ਜਦੋਂ ਸਾਡੀ ਸੰਵਿਧਾਨ ਸਭਾ ਬਣਦੀ ਹੈ ਰਾਈਟ ਅਸੀਂ ਬਹੁਤ ਸਾਰੀਆਂ ਕਮੇਟੀਆਂ ਬਣਾਉਂਦੇ ਆ ਅਲੱਗ-ਅਲੱਗ ਕੰਮ ਵਾਸਤੇ ਰਾਈਟ ਉਹਨਾਂ ਵਿੱਚੋਂ 13 ਤੋਂ ਹੁੰਦੀਆਂ ਮਾਈਨਰ ਕਮੇਟੀਆਂ ਤੇ 8 ਹੁੰਦੀਆਂ ਮੇਜਰ ਕਮੇਟੀ ਰਾਈਟ ਠੀਕ ਹੈ ਜੀ ਉਹਨਾਂ ਵਿੱਚੋਂ ਹੀ ਇਹ ਕਮੇਟੀ ਕਿਹੜੀ ਆ ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਕਮੇਟੀ ਬੇਸਿਕਲੀ ਉਹਦੇ ਹੈੱਡ ਕੋਣ ਆ ਉਹਦੇ ਹੈੱਡ ਸੀਗੇ ਪਟੇਲ ਸਾਹਿਬ ਰਾਈਟ ਇਸ ਗੱਲ ਨੂੰ ਯਾਦ ਰੱਖਿਓ ਠੀਕ ਹੈ ਮੈਂ ਕੀ ਕਹਿ ਰਿਹਾ ਹਾਂ 8 ਮੇਜਰ ਤੇ 13 ਮਾਈਨਰ ਕਮੇਟੀਆਂ ਸੀ ਰਾਈਟ ਅਲੱਗ ਅਲੱਗ ਕੰਮ ਇਹਨਾਂ ਕਮੇਟੀਆਂ ਨੂੰ ਸੌਂਪੇ ਗਏ ਸੀ ਪਰ ਤੁਸੀਂ ਇੱਕ ਗੱਲ ਯਾਦ ਰੱਖਿਓ ਨਾ ਕਮੇਟੀਆਂ ਲਈ ਅਚਲ ਪਹਿਲਾਂ ਵੀ ਜ਼ਿਕਰ ਕੀਤਾ ਹੋਵੇ ਕਿ ਇਹਨਾਂ ਕਮੇਟੀਆਂ ਦੇ ਜਿਹੜੇ ਮੈਂਬਰ ਜਿਹੜੇ ਹੈੱਡ ਹੁੰਦੇ ਸੀ ਨਾ ਜ਼ਰੂਰੀ ਨਹੀਂ ਹੈ ਕਿ ਉਹ ਕਨਸਟੀਟਿਊਸ਼ਨ ਜਾਂ ਕਨਸਟੀਟਿਊਸ਼ਨ ਦੀ ਅਸੈਂਬਲੀ ਆ ਉਹਦੇ ਮੈਂਬਰ ਹੋਣਗੇ ਉਹੀ ਹੈੱਡ ਬਣ ਸਕਦੇ ਨੇ ਕਈ ਕਮੇਟੀਆਂ ਇਦਾਂ ਦੀਆਂ ਵੀ ਸਿਗੀਆਂ ਜਿਨ੍ਹਾਂ ਦੇ ਮੈਂਬਰ ਜਿਹੜੇ ਸੀਗੇ ਉਹ ਕਨਸਟੀਟੂਐਂਟ ਅਸੈਂਬਲੀ ਦਾ ਪਾਰਟ ਨਹੀਂ ਸੀਗੇ ਰਾਈਟ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ ਤਾਂ ਇਸ ਵੀ ਰਾਈਟ नेक्स्ट, ऑफ़ द फॉलोइंग एडजेक्टिव इज नॉट अ पार्ट ऑफ द प्रियम्बल हाँ जी की शब्द ने प्रियम्बल सोवरेन आ रइट मैं सर जी की गल करा सिंपल सोवरेन सोशलिस्ट आ सैक्यूलर आ डेमोक्रेटिक आ रिपब्लिक आ ਫਿਰ ਅੱਗੇ ਪੜੀ ਇਹ ਤਾਂ ਜਸਟਿਸ ਆ ਲਿਬਰਟੀ ਆ ਇਕਵੈਲਿਟੀ ਆ ਫੈਟਰਨਿਟੀ ਆ ਔਰ ਲਾਸਟ ਵਿੱਚ ਇੰਟੀਗ੍ਰਿਟੀ ਆ ਰਾਈਟ ਹੁਣ ਤਾਂ ਨੂੰ ਇਥੇ ਪਤਾ ਲੱਗੇ ਗਿਆ ਹੋਣਾ ਕਿ ਕਿਹੜਾ ਸ਼ਬਦ ਇਹਨਾਂ ਵਿੱਚ ਆ ਰਾਈਟ ਜਿਹੜਾ ਇੱਥੇ ਹੈਗਾ ਆ ਪਰ ਇੱਥੇ ਹੈ ਨਹੀਂ ਗਾ ਰਾਈਟ ਆਫਕੋਰਸ ਇਹਦੇ ਨਾਲ ਦਾ ਕੋਈ ਸ਼ਬਦ ਸਾਡੀ ਪ੍ਰੀਐਮਬਲ ਦੇ ਵਿੱਚ ਜ਼ਿਕਰ ਨਹੀਂ ਗਾ ਰਾਈਟ ਬੇਸਿਕਲੀ ਇਹ 10 ਮੇਨ ਵਰਡ ਨੇ ਮੈਂ ਤੁਹਾਨੂੰ ਕਿੰਨੀ ਵਾਰ ਪਹਿਲਾਂ ਦੱਸਿਆ ਹੋਗਾ ਕਿ ਜਿਹੜੇ ਪਹਿਲੇ 5 ਵਰਡ ਨੇ ਬੇਸਿਕਲੀ ਉਹ ਕੀ ਦੱਸਦੇ ਆ ਨੇਚਰ ਦਾ ਜਿਹੜੀ ਸਾਡਾ ਸਟੇਟ ਆ ਸਟੇਟ ਮੀਨ ਸਾਡੀ ਜਿਹੜੀ ਕੰਟਰੀ ਆ ਬੇਸਿਕਲੀ ਉਹਦਾ ਨੇਚਰ ਕੀ ਆ ਰਾਈਟ ਇੰਡੀਆ ਐਕ ਸੋਵਰਨ ਸੋਸ਼ਲਿਸਟ ਡੈਮੋਕਰੈਟਿਕ ਰਿਪਬਲਿਕ ਕੰਟਰੀ ਰਾਈਟ ਉਹ ਸਾਡੇ ਆਬਜੈਕਟਿਵ ਕੀ ਨੇ ਬੇਸਿਕਲੀ ਸਾਡਾ ਆਬਜੈਕਟਿਵ ਆ ਕਿ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਸਾਰਿਆਂ ਨੂੰ ਬੇਸਿਕਲੀ ਕੀ ਆ ਜਸਟਿਸ ਲਿਬਰਟੀ ਇਕੁਐਲਿਟੀ ਫ੍ਰੈਟਰਨਿਟੀ ਇੰਟੀਗ੍ਰਿਟੀ ਮੇਨਟੇਨ ਰੱਖਣਾ ਇਹ ਸਾਡੇ ਦੂਰਦਰਸ਼ੀ ਆਬਜੈਕਟਿਵ ਹੈ ਰਾਈਟ ਇਹਨਾਂ ਦਸਾਂ ਵਿੱਚ ਟੋਲਰੇਟ ਸ਼ਬਦ ਸਾਨੂੰ ਕਿਤਨੇ ਦਿਖ ਰਿਹਾ ਤਾਂ ਆਫ ਕੋਰਸ ਉਹਨੇ ਪੁੱਛਿਆ ਕਿ ਵਿਚ ਦਾ ਫਾਲਿੰਗ ਐਜੈਕਟਿਵ ਇਸ ਨਾਟ ਅ ਪਾਰਟ ਰਾਈਟ ਤੁਹਾਡੇ ਸਾਹਮਣੇ ਰਾਈਟ ਟੋਲਰੈਂਟ ਅਸੀਂ ਕਿਤਨੇ ਲਿਖਿਆ ਦਾ ਆਨਸਰ ਇਸ ਟੋਲਰੈਂਟ ਰਾਈਟ ਇਧਰ ਕੋਈ ਸ਼ਬਦ ਸਾਡੀ ਪ੍ਰੀਐਮਬਲ ਵਿੱਚ ਨਹੀਂ ਗਾਇਸ ਗੱਲ ਨੂੰ ਯਾਦ ਰੱਖਿਓ ਪਰ ਪ੍ਰੀਐਮਬਲ ਦਾ ਆਈਡੀ ਤੁਹਾਨੂੰ ਪਤਾ ਹੀ ਸੀ ਕਿੱਥੋਂ ਲਿਆਇਆ ਯੂ ਐਸ ਏ ਤੋਂ ਰਾਈਟ ਡੂ ਰਿਮੈਂਬਰ ਦਿਸ ਥਿੰਗ ठीक है जी टॉलरेंट नेक्स्ट थिंग हाउ मैनी मेंबर्स वर देयर इन द ड्राफ्टिंग कमेटी ऑफ द कॉन्स्टिट्यूशन दिस इज अ वेरी सिंपल आंसर डिस्कस हो चुका आई थिंक पहले राइट थे राइट टोटल ये ड्राफ्टिंग कमेटी की गल कर रहे राइट कदों अगस्त नाइनटीन फोर्टी सैवन ਸੱਤ ਬੰਦੇ ਕੌਣ-ਕੌਣ ਸੀਗੇ ਬੀਰ ਅੰਬੇਦਕਰ ਸਾਹਿਬ ਜੋ ਕਿ ਚੇਅਰਮੈਨ ਸੀਗੇ ਉਹਨ ਤੋਂ ਇਲਾਵਾ ਕੌਣ ਸੀਗੇ ਗੋਪਾਲਾ ਸੁਆਮੀ ਆਯੰਗਰ ਸੀਗੇ ਆਲਾਦੀ ਕ੍ਰਿਸ਼ਨ ਆਈਅਰ ਸੀਗੇ ਕੇ ਐਮ ਮੁੰਸ਼ੀ ਨੇ ਮੁਹੰਮਦ ਸਾਦੁੱਲਾ ਨੇ ਠੀਕ ਹੈ ਉਦੋਂ ਤੱਕ ਐਨ ਮਹਾਦੇਵ ਰਾਓ ਨੇ ਤੇ ਲਾਸਟ ਵਿੱਚ ਟੀ ਡਾਟ ਟੀ ਕ੍ਰਿਸ਼ਨ ਨਾਮਚਾਰੀ ਨੇ ਰਾਈਟ ਐਂਡਲੇ ਦੋ ਬੰਦੇ origianally ਇਸ ਕਮੇਟੀ ਦੇ ਮੈਂਬਰ ਨਹੀਂ ਸੀਗੇ ਤਾਂ ਕੌਣ ਸੀ ਫਿਰ ਰਾਈਟ ਬੇਸਿਕਲੀ ਐਨ ਮਾਧਵਰਾਏ ਜਿਹੜੇ ਸੀਗੇ ਉਹ ਕਿਸੇ ਹੋਰ ਦੀ ਜਗ੍ਹਾ ਆਏ ਨੇ ਕਿਹਦੀ ਜਗ੍ਹਾ ਆਏ ਨੇ ਮਿਸਟਰ ਮੀਟਰ ਰਾਈਟ ਮਿਸਟਰ ਮੀਟਰ ਦੀ ਜਗ੍ਹਾ origianlly ਮਿਸਟਰ ਮੀਟਰ ਸੀਗੇ ਰਾਈਟ ਬੇਟਰ ਉਹਨੇ ਚਲੇ ਜਾਂਦੇ ਨੇ ਰਾਈਟ ਕੌਣ ਆਂਦਾ ਹੈ ਐਨ ਮਾਧਵਰਾਓ ਔਰ ਟੀ. ਡਾਟੇ ਕ੍ਰਿਸ਼ਨਨਾਮ ਚਾਰੀ ਮਿਸਟਰ ਖੇਤਾਨ ਦੀ ਜਗ੍ਹਾ ਤੇ ਆਉਂਦੇ ਨੇ ਰਾਈਟ ਇਸ ਗੱਲ ਨੂੰ ਯਾਦ ਰੱਖਣੀ ਆ ਇਹ ਟੋਟਲ 7 ਮੈਂਬਰ ਸੀਗੇ ਇਹਦੀ ਬੇਸਿਕਲੀ ਕਦੋਂ ਮਿਲਦੇ ਪਹਿਲੀ ਵਾਰ ਕਦੋਂ ਹੀ ਬਣਦੀ ਵੀ ਕਮੇਟੀ 29 ਸਨ 1947 ਉਹ ਮੈਦਾਨ ਹੋਣੀ ਦੱਸਿਆ ਸੀ ਇਹ ਕਮੇਟੀ ਬੀਸਿਕਲੀ ਕਿਉਂ ਬਣਦੀ ਆ ਪਹਿਲਾ ਡਰਾਫਟ ਬੀ.ਐਨ. ਰਾਓ ਸਾਹਿਬ ਦਾ ਉਹ ਚੈੱਕ ਕਰਦੀ ਆ ਔਰ ਇਹੇ ਕਮੇਟੀ ਸਭ ਕੁਝ ਚੈੱਕ ਕਰਨ ਤੋਂ ਬਾਅਦ ਜਿਹੜੀ ਇਹੇ ਕਮੇਟੀ ਪਹਿਲੀ ਵਾਰ ਆਪਣਾ ਡਰਾਫਟ ਪਬਲਿਸ਼ ਕਰਦੀ ਹੈ ਰਾਈਟ ਇਸ ਗਾ ਨੂੰ ਯਾਦ ਰੱਖਿਓ ਇਹ ਕਮੇਟੀ ਪਹਿਲਾ ਡਰਾਫਟ ਫੈਬ 1948 ਵਿੱਚ ਠੀਕ ਹੈ ਇਸ ਗਾ ਨੂੰ ਯਾਦ ਰੱਖਿਓ ਇਹ ਕਮੇਟੀ ਪਹਿਲਾ ਡਰਾਫਟ ਕਰੋ ਦਿਖਾਉਂਦੀ ਆ ਫੈਬ 1948 ਵਿੱਚ ਇਸ ਕਮੇਟੀ ਦੇ ਹੈਡ ਕੌਣ ਨੇ ਡਾਕਟਰ ਬੀ.ਆਰ ਅੰਬੇਦਕਰ ਨੇ ਰਾਈਟ ਤੁਸੀਂ ਇੱਕ ਵਾਰ ਨਾਮ ਜ਼ਰੂਰ ਵੈਰੀਫਾਈ ਕਰ ਸਕਦੇ ਹੋ ਰਾਈਟ ਲਾਸਟ ਦੇ ਦੋ ਨਾਮ تنਵੇਂ ਕੀ ਆ ਨਾ ਮਿਸਟਰ ਮੀਟਰ ਐਨ ਮਿਸਟਰ ਖੇਤਾਨ ਬਾਅਦ ਚ ਐਂ ਜਗ੍ਹਾ ਕੌਣ ਆ ਜਾਂਦਾ ਆ ਐਨ ਮਾਹ ਲਾਓ ਇਹਨਾਂ ਦੀ ਜਗ੍ਹਾ ਲੇਟਰ ਆਨ ਕੌਣ ਆਉਂਦਾ ਆ ਪੀ ਡਾਟ ਟੀ ਕ੍ਰਿਸ਼ਨ ਨਾਮ ਚਾਰੀ ਠੀਕ ਹੈ ਇਸ ਗੱਲ ਨੂੰ ਯਾਦ ਰੱਖਣਾ द ड्राफ्टिंग कमेटी ऑफ द इंडियन कॉन्सटीट्यूशन हैड सैवन मैंबरस सैवन मैंबरस पर मिट्टर अंबेदकर चेयरमैन से एम मुंशी अयर जी गोपाल स्वामी जी सादुल्ला जी मिट्टर जी एंड खैतान जी राइट ठीक है जी इस गल याद रखना है कोई शक कोई सवाल अगे इन द डेट ऑलसो रिमेंबर दिस डेट इंपोर्टेंट वन बहुत इंपॉर्टेंट कमेटी से राइट ये नैक्सट क्वेश्चन When did the Constituent Assembly adopt the Constitution of India? ਯਾਦ ਰੱਖੋ ਕੀਵਰਡ ਇੱਥੇ ਅਡਾਪਟ ਆ ਜੇ ਤੁਸੀਂ ਪ੍ਰੀਐਂਬਲ ਪੜਿਆ ਹੋਵੇ ਤਾਂ ਦੇਖਿਆ ਹੋਣਾ ਅਡਾਪਟ ਐਂਡ ਇਨੈਕਟ ਤਾਂ ਇੱਥੇ ਕਦੇ 26 ਜਨਵਰੀ ਨਾ ਲਿਖਦੀ ਹੋ ਰਹੀ ਅਡਾਪਟ ਤੇ ਇਨੈਕਟ ਕਦੋਂ ਕਰ ਬੇਸਿਕਲੀ ਅਡਾਪਟ ਦੀ ਡੇਟ ਕੀ ਆ 26 ਨਵੰਬਰ ਵਾਲੀ ਆ ਰਾਈਟ ਠੀਕ ਹੈ 26 ਨਵੰਬਰ ਨੂੰ ਅਸੀਂ ਅਡਾਪਟ ਕੀਤਾ ਸੀਗਾ ਤਾਂ ਆਹ ਡੇਟ ਕਿਹੜੀ ਹੈ ਸਰ ਇਹ ਵੀ ਨਹੀਂ ਬੇਸਿਕਲੀ ਦਿਸ ਦਿਸ ਬੇਸਿਕਲੀ ਰਾਈਟ 26 ਜਨਵਰੀ 1950 ਰਾਈਟ ਜਿਹੜੀ ਇਹ ਡੇਟ ਆ ਬੇਸਿਕਲੀ ਇਹਨੂੰ ਅਸੀਂ ਕਮੈਂਸਮੈਂਟ ਡੇਟ ਕਹਿੰਦੇ ਆ ਰਾਈਟ ਦਾ ਕਮੈਂਸਮੈਂਟ ਡੇਟ ਆਫ ਦਾ ਕਨਸਟੀਟਿਊਸ਼ਨ ਰਾਈਟ ਇਹਨੂੰ ਗੱਲ yaad ਰੱਖਿਓ ਗੱਲ ਇਥੇ ਨੇ ਅਡਾਪਟ ਦੀ ਪੁੱਛੀ ਆ ਅਡਾਪਟ ਕਦੋਂ ਕੀਤਾ ਸੀ 26 ਜਨਵਰੀ 1949 ਨੂੰ ਕੀਤਾ ਸੀ ਔਰ 26 ਫਰਸਟ ਡੇ ਐਗਜ਼ੈਂਪਲ ਰਾਈਟ ਅਡਾਪਟ ਨਵੰਬਰ ਨੂੰ ਕੀਤਾ ਸੀ ਨਵੰਬਰ ਜਿਹੜਾ 26 ਆ ਅਸੀਂ ਮਨਾਉਂਦੇ ਆ ਐਜ਼ ਅ ਕਨਸਟੀਟਿਊਸ਼ਨਲ ਯਾ ਕਨਸਟੀਟਿਊਸ਼ਨ ਡੇ ਆਫ ਦਿਸ ਕੰਟਰੀ ਰਾਈਟ ਇਸ ਗੱਲ ਨੂੰ yaad ਰੱਖਿਓ 26 ਨਵੰਬਰ ਨੂੰ ਅਸੀਂ ਉਹਦਾ ਵੀ ਸੰਵਿਧਾਨ ਦੇ ਮਨਾਉਂਦੇ ਆ ਰਾਈਟ ਠੀਕ ਹੈ ਜੀ ਯਾਦ ਰੱਖਿਓ ਵਰਡ ਬਹੁਤ ਇੰਪੋਰਟੈਂਟ ਆ ਅਡਾਪਟ ਇਸ ਡੇਟ ਨੂੰ ਕੀਤਾ ਸੀ ਇਹਨੂੰ ਕਮੈਂਸਮੈਂਟ ਡੇਟ ਕਹਾਂਗੇ ਇਸ ਦਿਨ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਗਿਆ ਸੀ ਦੇਸ਼ ਵਿੱਚ ਰਾਈਟ ਇਸ ਦਿਨ ਪੂਰੀ ਤਰ੍ਹਾਂ ਨਹੀਂ ਬਟ ਕੁਝ ਕੁਝ ਪ੍ਰਵਧਾਨ ਇਸ ਸੰਵਿਧਾਨ ਦੇ ਲਾਗੂ ਹੋ ਗਏ ਸੀ ਗ੍ਰਾਈਟ ਧੂ ਰਿਮੈਂਬਰ ਥਿਸ ਥਿੰਗ ਪਰ ਕਦੀ ਕੰ ਕੁਸ਼ਨ ਇਹ ਆ ਜਾਵੇ ਕਿ ਭਾਈ ਲਾਸਟ ਮੀਟਿੰਗ ਇਸ ਸੰਵਿਧਾਨ ਸਭਾ ਦੀ ਲਾਸਟ ਮੀਟਿੰਗ ਕਦੋਂ ਹੋਈ ਸੀ ਰਾਈਟ ਕਈ ਵਾਰ ਇਹ ਵੀ ਕੁਸ਼ਨ ਆ ਜਾਂਦਾ ਹੈ ਇਸ ਸੰਵਿਧਾਨ ਸਭਾ ਦੀ ਲਾਸਟ ਮੀਟਿੰਗ ਕਦੋਂ ਹੋਈ ਸੀਗੀ 24 ਜਨ 1950 ਰਾਈਟ ਜਿਹੜਾ ਸਾਈਨ ਕੀਤੇ ਸਾਰੇ ਨੇ ਕਿੰਨੇ ਮੈਂਬਰ ਸੀ ਇੱਥੇ 284 ਇੱਕ ਸਟੂਡੈਂਟ ਇੱਕ ਵਾਰ ਕਹਿ ਰਿਹਾ ਸਰ ਇਹ ਵੀ ਕੁਸ਼ਨ ਆਇਆ ਸੀਗਾ ਕਿ ਲਾਸਟ ਮੀਟਿੰਗ ਵਿੱਚ ਕਿੰਨੇ ਬੰਦੇ ਸੀਗੇ 284 ਬੰਦੇ ਸੀ ਲਾਸਟ ਮੀਟਿੰਗ ਵਿੱਚ ਕਦੋਂ ਹੋਈ ਸੀਗੀ 24 ਜਨਵਰੀ 1950 ਨੂੰ ਔਰ ਉਸ ਤੋਂ ਠੀਕ ਦੋ ਦਿਨ ਬਾਅਦ ਦਾ ਕਮੈਂਸਮੈਂਟ ਡੇਟ ਆਫ ਦਾ ਕਨਸਟੀਟਿਊਸ਼ਨ ਦਾ ਅਡਾਪਸ਼ਨ ਡੇਟ ਆਫ ਦਾ ਕਨਸਟੀਟਿਊਸ਼ਨ ਇਹ ਦੋ ਗੱਲਾਂ ਕਿ ਕਨਫਿਊਨਸ ਨਹੀਂ ਹੋਣਾ ਰਾਈਟ ਇਸ ਗੱਲ ਨੂੰ ਯਾਦ ਰੱਖਿਓ ਠੀਕ ਹੈ ਕੋਈ ਸ਼ੱਕ ਕੋਈ ਸਵਾਲ ਦ ਕਨਸਟੀਟਿਊਸ਼ਨ ਆਫ ਇੰਡੀਆ ਇਜ਼ ਅ ਸੁਪਰੀਮ ਲਾਅ ਆਫ ਇੰਡੀਆ ਇਸ ਤੇ ਕੋਈ ਡਾਊਟ ਨਹੀਂ ਰਾਈਟ ਇਟ ਵਾਸ ਅਡਾਪਟਡ ਬਾਈ ਦ ਕਨਸਟੀਟਿਊਟ ਅਸੈਂਬਲੀ ਅਗੇਨ ਦ ਵਰਡ ਇਜ਼ ਬਿਲਕੁਲ ਅਡਾਪਟਡ ਰਾਈਟ 26 ਨਵੰਬਰ ਐਂਡ ਬੀਕਮ ਇਫੈਕਟਿਵ ਓਨ ਦਿਸ ਡੇਟ ਠੀਕ ਹੈ ਇਸ ਡੇਟ ਨੂੰ ਹੀ ਕਿਉਂ ਇਫੈਕਟਿਵ ਹੋਇਆ ਸੀ ਅਸੀਂ ਆਪਣੀ ਪੁਰਾਣੀ ਵੀਡੀਓ 'ਚ ਇਸ ਗੱਲ ਦਾ ਮੈਂ ਜ਼ਿਕਰ ਕਰ ਚੁੱਕਾ 26 ਜਨਵਰੀ ਹੀ ਕਿਉਂ ਕੋਈ ਹੋਰ ਡੇਟ ਕਿਉਂ ਨਹੀਂ ਕਿਉਂ 26 ਜਨਵਰੀ ਕਿਉਂ ਨਹੀਂ 15 ਅਗਸਤ ਇਹ ਗੱਲ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਇਹ ਤੋਂ ਪਹਿਲਾਂ ਜਿਹੜੀ ਇਹ ਵੀਡੀਓ ਨਾ ਉਹਦੇ ਵਿੱਚ ਅਸੀਂ ਇਹ ਗੱਲ ਕੀਤੀ ਆ ਹੂ ਅਮੰਗ ਅ ਦਾ ਫੋਲੋਇੰਗ ਵਾਸ ਨਾਟ ਅ ਪਾਰਟ ਆਫ ਦਾ ਕਨਸਟਿਟ ਅਸੈਂਬਲੀ ਰਿਸਪੋਨਸਿਬਲ ਟੂ ਡਰਾਫਟ ਦਾ ਕਨਸਟਿਚਿਊਸ਼ਨ ਬੀਸਿਕਲੀ ਤੁਸੀਂ ਇਸ ਗੱਲ ਨੂੰ ਦੇਖੋ ਹੁਣੇ ਅਸੀਂ ਗੱਲ ਕੀਤੀ ਪਟੇਲ ਸਾਹਿਬ ਇੱਕ ਕਮੇਟੀ ਦੇ ਹੈਡ ਸੀਗੇ ਹਾਂਜੀ ਸੀਗੇ ਨੈਰੋ ਜੀ ਨੈਰੋ ਜੀ ਵਾਸ ਦਾ ਮੇਨ ਪਰਸਨ ਰਾਈਟ ਬੀ ਅਮੀਰ ਕਾ ਸਾਹਿਬ ਡਰਾਫਟਿੰਗ ਕਮੇਟੀ ਦੇ ਹੈਡ ਸੀਗੇ ਤੇ ਬੇਸਿਕਲੀ ਇਥੇ ਇੱਕੋ ਹੀ ਚਿਹਰਾ ਹੈ ਇੱਕੋ ਹੀ ਨਾਮ ਆ ਜਿਹੜਾ ਅਸੀਂ ਨਹੀਂ ਪੜਿਆ ਹੈਗਾ ਰਾਈਟ ਕਿਤੇ ਵੀ ਕਨਸਟਿਟੈਂਟ ਅਸੈਂਬਲੀ ਵਿੱਚ ਜਿਹਦੇ ਨਾਮ ਦਾ ਬਿਲਕੁਲ ਜ਼ਿਕਰ ਨਹੀਂ ਆਇਆ ਤਾਂ ਬੇਸਿਕਲੀ ਇਹੋ ਹੀ ਪੁੱਛ ਰਿਹਾ ਹੂ ਅਮੰਗ ਦਾ ਫੋਲੋਇੰਗ ਵਾਸ ਨੋਟ ਅ ਪਾਰਟ ਆਫ ਦਾ ਅਸੈਂਬਲੀ ਰਾਈਟ ਦਾ ਅਨਸਰ ਇਜ਼ ਮਹਾਤਮਾ ਗਾਂਧੀ ਰਾਈਟ ਇਸ ਗੱਲ ਨੂੰ ਯਾਦ ਰੱਖਿਓ ਹੀ ਵਾਸ ਨੋਟ ਅ ਪਾਰਟ ਆਫ ਦਿਸ ਕਨਸਟਿਟੈਂਟ assembly ਠੀਕ ਹੈ ਮਹਾਤਮਾ ਗਾਂਧੀ ਵਾਸ ਨਾਟ ਅ ਪਾਰਟ ਆਫ ਦਾ ਕੌਂਸਲ ਅਸੈਂਬਲੀ ਰਿਸਪੋਨਸੀਬਲ ਟੂ ਡਰਾਫਟ ਦਾ ਕਨਸਟੀਟਿਊਸ਼ਨ ਇਸ ਗੱਲ ਨੂੰ ਯਾਦ ਰੱਖਿਓ ਜੇ ਕੋਈ ਕੁਐਸਚਨ ਤੁਹਾਨੂੰ ਹੈਗਾ ਹੈ ਤਾਂ ਯੂ ਕੈਨ ਰਾਈਟ ਇਟ ਡਾਊਨ ਤੁਸੀਂ ਲਿਖ ਸਕਦੇ ਆ ਡੈਫੀਨਿਟਲੀ ਤੁਹਾਨੂੰ ਉਹਦਾ ਆਨਸਰ ਮਿਲੇਗਾ ਰਾਈਟ ਸੋ ਥੈਂਕ ਯੂ ਫਾਰ ਵਾਚਿੰਗ